ਦਸ਼ਕਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਮੁੱਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਇੱਕ ਪਾਸੇ ਜਿੱਥੇ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਇਹਨਾਂ ਭਗਵਾ ਕਰਨ ਵਾਲਿਆਂ ਨੇ ਜਿਵੇਂ ਸੂਲੀ ਤੇ ਟੰਗਿਆ ਹੋਇਆ ਇੱਕ ਤੋਂ ਬਾਅਦ ਇੱਕ ਹਿੰਦੂਤਵਾ ਦਾ ਕੈਂਪੇਨ ਮਹਿੰਮ ਦੇ ਥੱਲੇ ਜੀ ਪੰਜਾਬ ਇਹਨਾਂ ਨੇ ਇਸ ਜਿਹੜਾ ਮੈਂ ਵਾਸ਼ਿੰਗਟਨ ਸੀ ਦੇ ਸਾਡੇ ਹੋਸਟ ਉਹਨਾਂ ਦੇ ਮਾਤਾ ਜੀ ਕਹਿਣ ਲੱਗੇ ਕਿ ਫੌਜੀ ਬੈਠਾ ਹੁਣ ਇਹ ਜੋ ਕਰ ਰਿਹਾ ਹੈ ਨਾ ਇਹ ਬਿਲਕੁਲ ਇਹਦਾ ਵੀ ਹਸ਼ਰ ਬਹੁਤ ਮਾੜਾ ਹੋਣਾ ਤੇ ਮੈਨੂੰ ਖਿਆਲ ਆਇਆ ਮੈਂ ਕਿਹਾ ਕਿ ਵੀ ਕਈ ਵਾਰੀ ਸਿੰਪਲਿਸਟਿਕ ਸਾਡੇ ਜਿਹੜੇ ਅ ਵਿਊਰਸ ਨੇ ਜਾਂ ਸਾਡੇ ਘਰਾਂ ਦੇ ਬਜ਼ੁਰਗ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਬੜਾ ਇੱਕ ਗੈਬ ਹੁੰਦਾ ਹੈ ਗੈਬੀ ਗੱਲ ਹੁੰਦੀ ਹੈ ਇੱਕ ਤਾਂ ਫੌਜੀ ਸੋ ਮੈਨੂੰ ਖਿਆਲ ਆ ਵੀ ਵਾਕਈ ਇਹ ਤਾਂ ਸਿੰਗਲ ਟਰੈਕ ਫਾਇਰ ਫਾਇਰ ਕਰਨਾ ਹੀ ਸਿੱਖਿਆ ਹੁੰਦਾ ਹੈ ਕਈ ਵਾਰੀ ਇਹਨਾਂ ਦੇ ਜੋ ਐਨਲਿਸਿਸ ਵਾਲੀ ਗੱਲ ਨਹੀਂ ਹੁੰਦੀ ਤਾਂ ਫਿਰ ਜਿਹੜੇ ਜੇ ਫੌਜੀ ਦਾ ਪਛੋਕੜ ਚ ਗਦਾਰਾਂ ਦੀ ਉਹ ਪੂਰੀ ਢਾਈ ਸਦੀਆਂ ਦੀ ਹਿਸਟਰੀ ਜੁੜੀ ਹੋਏ ਆਲਾ ਸਿੰਘ ਤੋਂ ਲੈ ਕੇ ਔਰ ਇਹਦੇ ਪਿਓ ਯਾਦਵਿੰਦਰ ਭੁਪਿੰਦਰ ਤੱਕ ਔਰ ਜੇ ਪਾਵਰ ਚਾਣ ਲਈ ਨੱਕ ਰਗੜ ਕੇ ਕਾਂਗਰਸ ਦੀ ਪ੍ਰਧਾਨਗੀ ਲਈ ਹੋਏ ਉਹ ਛੋਕਰੇ ਤੋਂ ਰਾਹੁਲ ਗਾਂਧੀ ਤੋਂ ਜ਼ਲੀਲ ਹੋ ਕੇ ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਇਸ ਨੇ ਵੋਟਾਂ ਲੈਣ ਦੇ ਲਈ ਕਿਵੇਂ ਜਿਹੜਾ ਉਹ ਬਾਹਰਲੇ ਸਿੱਖਾਂ ਦਾ ਖਾਲਸਾਤਾਨ ਦਾ ਵਿਰੋਧ ਕਰਕੇ ਆਪਣੇ ਆਪ ਨੂੰ ਇਹ ਪੇਸ਼ ਕੀਤਾ ਕਿ ਜੀ ਮੈਂ ਅਵੇਲੇਬਲ ਐ ਜਿਹੜਾ ਬਿਆਨਤ ਉਸ ਕੇਪੀ ਗਿਲ ਦੀ 부ਚੜ ਲਾਈਨ ਵਾਂਗ ਅੱਗੇ ਤੋਰਨ ਦੇ ਲਈ ਔਰ ਇਸੇ ਦੌਰਾਨ ਚੀਫ ਮਿਨਿਸਟਰ ਬਣਨ ਤੋਂ ਬਾਅਦ ਉਹ ਫਿਰ ਚਾ ਗੁਲਦਸਤਾ ਲੈ ਕੇ ਮਿਲਣ ਗਿਆ ਇੱਕ ਅੰਬਸਟਰ ਕਾਰ ਡਰਾਈਵਰ ਡਾਕਟਰ ਉਹਦੇ ਕੋਲ ਛੱਡ ਆ ਦਿੱਲੀ ਜਾ ਕੇ ਕੇਪੀ ਗਿਲ ਕੋਲ ਫੇਰ ਜਿਹੜਾ ਉਹ ਐਂਬੂਲੈਂਸ ਜਿਹੜੀ ਫਾਜ਼ਲਕਾ ਦੇ ਆਮ ਲੋਕਾਂ ਲਈ ਸੀ ਉਹ ਸਪੈਸ਼ਲਿ ਅਕਵਿਪਡ ਭੇਜੀ ਪਰ ਮਰ ਗਿਆ ਉਹ ਆਪਣੀ ਮੌਤੇ ਔਰ ਉਸ ਤੋਂ ਬਾਅਦ ਜਿਵੇਂ ਇਹਨੇ ਮੀਡੀਆ ਦੀ ਗਲਤਤਾ ਸੀ ਅੱਗੇ ਕਰ ਹੀ ਚੁੱਕੇ ਹੈ ਜਿਵੇਂ ਇਸ ਵਿਕਾਊ ਕਪਤਾਨ ਨੇ ਜਿਵੇਂ ਉਸ ਨੂੰ ਟ੍ਰਿਬਿਊਟ ਦਿੱਤੀ ਖਾਸ ਤੌਰ ਤੇ ਜਾ ਕੇ ਹਾਲਾਂਕਿ ਕੋਈ ਬਾਕੀ ਖਬਰ ਤਾਂ ਸਾਹਮਣੇ ਨਹੀਂ ਆਈ ਔਰ ਦੋਨੋਂ ਹੀ ਸੈਟ ਆਫ ਜਥੇਦਾਰਾਂ ਨੇ ਸਰਬਤ ਖਾਲਸਾ ਵਾਲਿਆਂ ਨੇ ਵੀ ਔਰ ਬਾਦਲ ਕੇ ਜਥੇਦਾਰ ਨੇ ਵੀ ਕਾਲ ਦਿੱਤੀ ਸੀ ਵੀ ਕੋਈ ਰਾਗੀ ਭਾਈ ਕੋਈ ਉਹਦੀ ਲਾਸਟ ਜਿਹੜੀ ਆ ਉਹ ਨਾ ਕਰੇ ਅਰਦਾਸ ਜਾਂ ਕਿ ਕੋਈ ਪ੍ਰੋਸੈਸ ਸ਼ਾਮਿਲ ਨਾ ਹੋਏ ਭੋਗ ਦੀ ਔਰ ਕੋਈ ਔਰ ਉਹ ਤਾਂ ਨਹੀਂ ਆਇਆ ਕਿ ਵੀ ਕੋਈ ਚੁਪਚਪੀਤੇ ਕੋ ਹੋਇਆ ਹੋਏ ਪਤਾ ਨਹੀਂ ਮੈਨੂੰ ਲੱਗਦਾ ਸ਼ਰਾਬ ਨਾਲ ਨੂੰ ਆ ਕੇ ਹੀ ਸ਼ਰਾਬ ਨਾਲ ਹੀ ਸਾੜਿਆ ਹੋਣ ਕਿਉਂਕਿ ਸਾਰੀ ਉਮਰ 14 ਸਾਲ ਦਾ ਤਾਂ ਪਿਓ ਦੀ ਬੋਤਲ ਚੋਂ ਝੂਠੀ ਸ਼ਰਾਬ ਪੀਣ ਦੀ ਗੱਲ ਉਹਨੇ ਸ਼ੁਰੂ ਕੀਤੀ ਸੀ ਜੀ ਸੋ ਕੋਲਮੁੜਾ ਕੇ ਲੇਖਨ ਉਸ ਤੋਂ ਬਾਅਦ ਜਿਹੜਾ ਸ਼ਰਧਾਂਜਲੀ ਸਮਾਰੋਹ ਜਿਵੇਂ ਇਹਨੇ ਜਿਹੜਾ ਕੈਪਟਨ ਅਮਰਿੰਦਰ ਨੇ ਜਿਵੇਂ ਉਸ ਨੂੰ ਟ੍ਰਿਬਿਊਟ ਦਿੱਤੀ ਔਰ ਜਿਸ ਤਰੀਕੇ ਦੇ ਨਾਲ ਉਹਨੇ ਬਿਲਕੁਲ ਸਭ ਕੁਝ ਇਗਨੋਰ ਕਰਕੇ ਭਾਈ ਉਹਨੇ ਇੱਕ ਪੂਰੀ ਦੀ ਪੂਰੀ ਨਸਲ ਮੁਕਾਈ ਹੈ ਉਹ ਕ੍ਰਿਮੀਨਲ ਉਹ ਮੋਰਲ ਟਰਪੀਚੂਰ ਦੇ ਥੱਲੇ ਦੋ ਕਨਵਿਕਸ਼ਨਸ ਉਹਦੀਆਂ ਰੂਪਲ ਦੇ올 ਬਜਾਜ ਕੇਸ ਸੁਪਰੀਮ ਕੋਰਟ ਚ ਹੋਈਆਂ ਔਰ ਇਹ ਸਾਰੇ ਦੇ ਬਾਵਜੂਦ ਜੀਸ ਹਾਦਸਾ ਤਕ ਹੋ ਗਿਆ ਔਰ ਹੁਣ ਜਿਸ ਕਰਕੇ ਮੈਂ ਇਸ ਬੁਛੜ ਦੀ ਖਬਰ ਨੂੰ ਫਿਰ ਪਿਕ ਕੀਤਾ ਅੱਜ ਦੀ ਵਿਚਾਰ ਲਈ ਔਰ ਕੁਦਰਤੀ ਕੁਝ ਪੜਦੇ ਆ ਮੇਰੇ ਕਿਉਂਕਿ ਅਸੀਂ ਇਹ ਤਾਂ ਸੀ ਕਿ ਅਸਾਮ ਕਾਡਰ ਦਾ ਅਸਾਮ ਕਾਡਰ ਦਾ ਉੱਥੇ ਇਹਨੇ ਜ਼ੁਲਮ ਕੀਤੇ ਲੇਕਿਨ ਕੋਈ ਆਰਟੀਕਲ ਮੇਰੀ ਅੱਖਾਂ ਜੋ ਨਹੀਂ ਸੀ ਗੁਜ਼ਰਿਆ ਵੀ ਅਸਾਮ ਚ ਨੇ ਕੀਤਾ ਕੀ ਜੀ ਜੀ ਕਿਉਂਕਿ ਇਹ ਆਲਮੋਸਟ ਉੱਥੇ ਪੰਜਾਬ ਜਾਣ ਤੋਂ ਪਹਿਲਾਂ ਜਿਹੜਾ 6-7 ਸਾਲ ਅਸਾਮ ਦੇ ਵਿੱਚ ਹੀ ਆਈਪੀਐਸ ਲੱਗਾ ਸੀ ਔਰ ਉੱਥੇ ਇਹਨੇ ਜਿਹੜਾ ਉਹ ਖੁਸ਼ਤਾ ਕੀਤਾ ਹੋਏਗਾ ਜਿਹੜੇ ਇਹਨੂੰ ਕੁਆਲੀਫਾਈ ਕਰਾ ਕੇ ਲਿਆ ਵੀ ਪੰਜਾਬ ਉਹ ਕੁਦਰਤੀ ਹਿੰਦੁਸਤਾਨ ਟਾਈਮਜ਼ ਦਾ ਪੁਰਾਣਾ ਆਰਟੀਕਲ ਜਿਹੜਾ ਉਹ ਮੈਨੂੰ ਮਿਲ ਗਿਆ ਕਿ ਵੀ ਉਹਨੂੰ ਮੈਂ ਡਿਸਕਸ ਵੀ ਕਰਾਂਗਾ ਪਰ ਹੁਣ ਜਦੋਂ ਕਿ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਉਹਦੇ ਚ ਇੱਕ ਰਵਾਇਤ ਹੁੰਦੀ ਹੈ ਕਿ ਵੀ ਸ਼ੁਰੂ ਦੇ ਵਿੱਚ ਜਿਹੜੇ ਲੋਕ ਮਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਸ਼ਰਧਾਂਜਲੀ ਦਿੰਦੇ ਹੋ ਯੂਜੂਲੀ ਇਹ ਰਿਜ਼ਰਵ ਹੁੰਦਾ ਹੈ ਕਿ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੋਣ ਮਨਿਸਟਰ ਹੋਣ ਜਾਂ ਕੋਈ ਨੈਸ਼ਨਲ ਲੈਵਲ ਦਾ ਹੋਵੇ ਲੇਕਿਨ ਕੈਪਟਨ ਅਮਰਿੰਦਰ ਨੇ ਕੇਪੀ ਗਿਲ ਨੂੰ ਵੀ ਸ਼ਰਧਾਂਜਲੀ ਦੇਣ ਦੇ ਲਈ ਉਸ ਦੇ ਵਿੱਚ ਸ਼ਾਮਲ ਕੀਤਾ ਕਿ ਜੀ ਇਹ ਉਹਨੂੰ ਸ਼ਰਧਾਂਜਲੀ ਵਿਧਾਨ ਸਭਾ ਹੀ ਦਿੱਤੀ ਜਾਣੀ ਹੈ ਅਕਾਲੀ ਜਿਹੜੇ ਕਿ ਆਲਰੇਡੀ ਇਹ ਵੱਖਰੀ ਗੱਲ ਹੈ ਕਿ ਬਾਦਲ ਦੇ ਕੇਪੀ ਗਿਲ ਨਾਲ ਕੀ ਸੰਬੰਧ ਸੀ ਔਰ ਕਿਵੇਂ ਇਹ ਸਾਰੇ ਜਿਹੜੇ ਨੇ ਉਹ ਬਗਲ ਗੀਰ ਰਹੇ ਪਰ ਕਿਉਂਕਿ ਹੁਣ ਪੰਥਕ ਮੁਖਤਾਰਾ ਤੋਂ ਇਹ ਜਿਹੜੇ ਨੇ ਉਹ ਛਿਟਗੇ ਹੋਏ ਨੇ ਪੰਥ ਨੇ ਤੇ ਹੁਣ ਇਹਨਾਂ ਨੂੰ ਵੀ ਲੱਗਦਾ ਵੀ ਅਸੀਂ ਉਹ ਬੁੱਧੇ ਲਿਆਈਏ ਕਿ ਪੰਥ ਦੇ ਵਿੱਚ ਸਾਡੀ ਥੋੜੀ ਬਹੁਤ ਐਕਸੈਪਟੇਬਿਲਟੀ ਹੋਏ। ਸੋ ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਖਿਲਾਫ ਫੈਸਲਾ ਲਿਆ ਔਰ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਾਂਗੇ ਕਿ ਉਹ ਜਿਹੜਾ ਇਹਨੂੰ ਕੇਪੀ ਗਿੱਲ ਨੂੰ ਨਾ ਸ਼ਰਧਾਂਜਲੀ ਦੇ ਵਿੱਚ ਸ਼ਾਮਲ ਕਰੇ। ਸੋ ਉਹ ਕਰਨਗੇ ਜਾਂ ਨਹੀਂ ਕਰਨਗੇ ਪਰ ਚਲੋ ਅਕਾਲੀਆਂ ਨੇ ਘੱਟੋ ਘੱਟ ਇਸ ਬਹਾਨੇ ਦੇ ਨਾਲ ਆਪਣੇ ਆਪ ਨੂੰ ਕਲੀਨ ਕਰ ਲਿਆ ਔਰ ਇੱਕ ਗੱਲ ਕਿਉਂਕਿ ਪਿਛਲੇ 2 ਦਿਨਾਂ ਤੋਂ ਜਿਹੜੀਆਂ ਖਬਰਾਂ ਪੰਜਾਬ ਦੇ ਹਵਾਲੇ ਨਾਲ ਆਈਆਂ ਕਿ ਕਿਸ ਤਰੀਕੇ ਨਾਲ ਹੁਣ ਜਿਹੜੇ ਗੈਂਗਸਟਰ ਦੇ ਮਾਰੇ ਜਾਣ ਦੀਆਂ ਖਬਰਾਂ ਜੀ ਤਿੰਨ ਗੈਂਗਸਟਰ ਜਿਨ੍ਹਾਂ ਦੇ ਨੇੜੇ ਪਹੁੰਚ ਗਈ ਪੁਲਿਸ ਉਹਨਾਂ ਨੇ ਆਪੇ ਹੀ ਖੁਦ ਇਹ ਵੀ ਇੱਕ ਸਿਲਸਿਲਾ ਚੱਲ ਰਿਹਾ ਹੈ ਐਨਕਾਊਂਟਰਸ ਔਰ ਜਿਵੇਂ ਪੰਜਾਬ ਪੁਲਿਸ ਨੇ ਬੇਗੁਨਾਹ ਨੂੰ ਔਰ ਜਿਹੜੇ ਲੰਬਾ ਵਕਤ ਜੇਲ੍ਹਾਂ ਚ ਰਹਿ ਕੇ ਐਕਵਿਟ ਹੋਏ ਉਹਨਾਂ ਨੂੰ ਵਾਪਸ ਝੂਠੇ ਕੇਸ ਪਾ ਕੇ ਫੜਨਾ ਸ਼ੁਰੂ ਕੀਤਾ ਹੋਇਆ ਹੈ ਜੀ ਉਹਨਾਂ ਚੋ ਇੱਕ ਕੇਸ ਸਰਦਾਰ ਮਖਣ ਸਿੰਘ ਗਿੱਲ ਦਾ ਹੈ ਜਿਹੜੇ ਕਿ ਲੰਬਾ ਵਕਤ ਜਿਨ੍ਹਾਂ ਨੂੰ ਜੇਲ੍ਹ ਚ ਰੱਖਿਆ ਔਰ ਅਲਟੀਮੇਟਲੀ ਕੁਝ ਸਮਾਂ ਪਹਿਲਾਂ ਹੀ ਜਿਹੜਾ ਹੈ ਕੁਝ ਹਫ਼ਤੇ ਪਹਿਲਾਂ ਹੀ ਰਾਜ਼ਾ ਰੋ ਬਾਹਰ ਆਏ ਆਪਣੀ ਆਮ ਜ਼ਿੰਦਗੀ ਜੀ ਰਏ ਸੀ ਔਰ ਉਹਨਾਂ ਨੂੰ ਕਿਵੇਂ ਇਹਨਾਂ ਨੇ 2 ਕਿਲੋ ਹਫੀਮ ਪਾ ਕੇ ਫਿਰ ਚੁਕਲਿਆ ਜੀ ਉਹਨਾਂ ਦੇ ਵਕੀਲ ਸਰ ਜਸਪਾਲ ਸਿੰਘ ਮੰਜਪੁਰਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜਾ ਉਹਨਾਂ ਦਾ ਕੇਸਾਂ ਤੋਂ ਤਾਂ ਸਿੰਘ ਨਹੀਂ ਡਰਦੇ ਹਥਿਆਰਾਂ ਦੇ ਪੈ ਜਾਣ ਦੂਜੇ ਹੋਣ ਉਹਨਾਂ ਨੂੰ ਇਹ ਵੀ ਕੋਈ ਪਰ ਇਹ ਜਦੋਂ ਤੁਸੀਂ ਹਫੀਮ ਵਰਗਾ ਜਾਂ ਡਰੱਗਸ ਜਾਂ ਦੂਜੀਆਂ ਪਾਉਂਦੇ ਹੋ ਇਹਦਾ ਮਤਲਬ ਨਾਲ ਇਹ ਵੀ ਹੈ ਜਿਹੜਾ ਅਮਰਿੰਦਰ ਸਰਕਾਰ ਨੇ ਇੱਕ ਐਡਿਟ ਗੱਲ ਜਿਹੜੀ ਲੇਗੇਸੀ ਕੇਪੀ ਗਿੱਲ ਦੇ ਨਾਲ ਹੀ ਜਾ ਕੇ ਜੁੜਦੀ ਹੈ ਜਦੋਂ ਅਸੀਂ ਇਮਪਿਊਨਿਟੀ ਦੀ ਗੱਲ ਕਰਦੇ ਹਾਂ ਜੇ ਖੁੱਲੀ ਛੁੱਟੀ ਦਿੱਤੀ ਹੈ ਜੋ ਮਰਜ਼ੀ ਕਰ ਲਓ ਜੇ ਮਰਡਰ ਕਰਨ ਦੀ ਸਜ਼ਾ ਐਵਾਰਡ ਹੁੰਸੀ ਪੈਸੇ ਮਿਲਦੇ ਸੀ ਔਰ ਇਹ ਇੱਕ ਬੋਡੀ ਸੀ ਮੈਜਿਸਟ੍ਰੇਟਸ ਅਗੇਂਸਟ ਸਟੇਟ ਆਪਰੇਸ਼ਨ ਇਦਾਂ ਦੀ ਬੋਡੀ ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ 92 ਤੋਂ 95 ਦੇ ਵਿਚਾਲੇ ਉਹਨਾਂ ਦੀ ਰਿਪੋਰਟ ਸੀ ਕਿ 50000 ਬੂਟੀਆਂ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਨੇ ਰਿਸੀਵ ਕੀਤੀਆਂ ਇਨਾਮ ਕਿ ਜੀ ਇਹ ਕਿਸੇ ਦੇ ਸਿਰ ਤੇ ਜੂਹਾਰੂ ਦੇ ਲੱਖ ਦਾ ਸੀ ਕੋਈ 10 ਲੱਖ ਸੀ ਕੋਈ ਕਰੋੜ ਸੀ ਔਰ ਕੋਈ ਉਹਨਾਂ ਨੇ ਝਾਲੀ ਮਾਰ ਕੇ ਉਹਨਾਂ ਨੂੰ ਅਸਲੀ ਬਾਅਦ ਚ ਲੱਗਾ ਕਿ ਭਾਈ ਉਹ ਤਾਂ ਉਹਨਾਂ ਦੀ ਕਸਟਡੀ ਚ ਸੀ ਤਾਂ ਉਹਨਾਂ ਚ ਕੁਝ ਕੈਟਾ ਬਣ ਗਏ لیکن ਉਹਨਾਂ ਦੇ ਇਨਾਮ ਰিসিਵ ਕੀਤੇ ਔਰ ਇਹ ਕਈ ਕੇਸ ਸਾਹਮਣੇ ਆਏ ਜਦੋਂ ਸੁਖੀ ਕੈਟ ਦਾ ਕੇਸ ਸਾਹਮਣੇ ਆਇਆ ਜਲੰਧਰ ਦੇ ਵਿੱਚ ਤੇ ਉਦੋਂ ਇਹ ਸਰਬਜੀਤ ਵਿਰਕ ਨੇ ਜਿਹੜਾ ਡੀਜੀਪੀ ਰਿਹਾ ਸੀ ਔਰ ਕੇਪੀ ਗਿੱਲ ਦੀ ਤਾਰੀਫ ਤੁਣਾ ਵੀ ਲੰਬਾ ਚੌੜਾ ਆਰਟੀਕਲ ਲਿਖਿਆ ਸੀ ਉਹਨੇ ਮੰਨਿਆ ਕਿ ਵੀ ਅਸੀਂ ਇੰਨੇ 100 ਕੈਟਾਂ ਅਜੇ ਵੀ ਬਾਹਰ ਸਾਰੇ ਪਾਸੇ ਸੈਟਲ ਕੀਤੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਜਿਹੜਾ ਉਹ ਵਰਤਦੇ ਸੋ ਕੁੱਲ ਮਿਲਾ ਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਕਲਚਰ ਔਰ ਜਿਵੇਂ ਮੱਖਣ ਸਿੰਘ ਗਿੱਲ ਨੂੰ ਔਰ ਹੋਰ ਵੀ ਬਹੁਤ ਸਾਰੇ ਕੇਸੇ ਮਾਰੇ ਜਾਣ ਔਰ ਦੂਜਿਆਂ ਦਾ ਔਰ ਇਸ ਦੇ ਨਾਲ-ਨਾਲ ਜਿਹੜੀ ਦੂਜੀ ਗੱਲ ਬਾਈਚਾਂਸ ਹੀ ਸਾਹਮਣੇ ਆ ਗਈ ਕਿ ਕਿਵੇਂ ਇੱਕ ਪੁਲਿਸ ਦਾ ਇਨਸਪੈਕਟਰ ਜਿਹੜਾ ਕਿ ਕਰਪਸ਼ਨ ਦੇ ਲਈ ਔਰ ਜਿਹਨੂੰ ਬੜਾ ਪਹਿਲਾਂ ਉਹਨਾਂ ਨੇ ਬੜਾ ਉਹਦਾ ਗੁੱਡਾ ਬੰਨਿਆ ਹੋਇਆ ਸੀ ਕਿ ਵੀ ਇਹ ਫੜ ਰਹੇ ਹੈ ਡਰੱਗ ਰੈਕਟ ਜਿੰਨੇ ਡਰੱਗ ਨੂੰ ਫੜਨ ਵਾਲੇ ਹੁੰਦੇ ਸੀ ਉਹਦੇ ਚ ਹੁੰਦਾ ਸੀ ਇਨਸਪੈਕਟਰ ਹੁਣ ਸਾਹਮਣੇ ਆਇਆ ਵੀ ਉਹ ਖੁਦ ਉਸ ਮਾਫੀਆ ਦਾ ਹਿੱਸਾ ਹੈ ਉਹਦੀਆਂ ਕੋਠੀਆਂ ਸੀਲ ਹੋ ਰਹੀਆਂ ਕੋਮਬਰ ਸਰਚ ਹੋਈ ਹੈ ਕੋ ਕਿਤੇ ਹੋਈ ਹੈ ਔਰ ਉਹ ਇਨਸਪੈਕਟਰ ਜਿਹਦੇ ਥਲੇ ਇਹ ਸਾਰਾ ਕੁਝ ਚੱਲ ਰਿਹਾ ਸੀ ਉਹ ਇਨਫੈਕਟ ਖੁਦ ਹੀ ਔਰ ਇਹ ਜਿਹੜਾ ਪਾਰਟ ਹੈ ਜਦੋਂ ਅਸੀਂ ਕੇਪੀ ਗਿਲ ਦੀ ਲੈਗੇਸੀ ਦੀ ਗੱਲ ਕਰਦੇ ਹਾਂ ਤੇ ਜਦੋਂ ਤੁਸੀਂ ਇੱਕ ਵਾਰ ਇਸ ਕਿਸਮ ਦਾ ਜਿਹੜਾ ਜ਼ਾਲਮਾਨਾ ਨਿظام ਉਹਨੂੰ ਨਾ ਸਿਰਫ ਰੈਕਗਨਾਈਜ਼ ਕਰਦੇ ਹੋ ਉਸ ਨੂੰ ਉਹ ਜਿਹੜਾ ਵਡਿਆਉਂਦੇ ਹੋ ਤਾਂ ਫਿਰ ਤੁਸੀਂ ਰੋਕ ਨਹੀਂ ਸਕਦੇ ਔਰ ਇਸ ਸਬ ਦਾ ਹੀ ਨਤੀਜਾ ਹੈ ਕਿ ਕਿਸ ਹੱਦ ਤੱਕ ਈਵਨ ਪੁਲਿਸ ਵਿੱਚਲੇ ਲੋਕ ਸਫਰ ਕਰ ਰਹੇ ਨੇ ਇੱਕ ਸਿੱਖ ਬੀਬੀ ਕਨਸਟੇਬਲ ਜਿਹੜੀ ਕਿ ਹੁਣ ਜਦੋਂ ਬੀਬੀਆਂ ਨੌਕਰੀ ਕਰਦੀਆਂ ਨੇ ਆਪਣਾ ਪਰਿਵਾਰ ਦਾ ਉਹਨਾਂ ਦੇ ਸਾਹਮਣੇ ਹੁੰਦਾ ਫਿਰ ਪੁਲਿਸ ਵਰਗੇ ਮਹਿਕਮੇ ਚ ਜਾਂ ਕਿਸ ਮਜਬੂਰੀ ਚ ਜੀ ਔਰ ਜੇ ਤੁਸੀਂ ਔਰ ਇਹ ਪੁਲਿਸ ਜਿਹੜੀ ਕਿ ਲੋਕਾਂ ਨੂੰ ਹਿਫਾਜ਼ਤ ਦੇਣ ਲਈ ਹੈ ਜੇ ਉਹਦੇ ਨਾਲ ਇਹ ਹੋ ਸਕਦਾ ਹੈ ਉਹਦੀ ਜਿਵੇਂ ਪੈਨ ਦਾ ਇੰਟਰਵਿਊ ਮੈਂ ਇੱਕ ਟੀਵੀ ਚੈਨਲ ਤੇ ਦੇਖਿਆ ਹੈ ਉਨੇ ਕਿਹਾ ਉਹ ਬਹੁਤ ਪਰੇਸ਼ਾਨ ਸੀ ਲਾਸਟ ਟਾਈਮ ਜਦੋਂ ਆਈ ਉਹਨੇ ਕਿਹਾ ਕਿ ਜੀ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਇੱਕ ਮਨਸ਼ੀ ਦਾ ਨਾਮ ਵੀ ਲਿਆ ਪਰ ਉਹਨੇ ਕਿਹਾ ਸਾਰੇ ਰੜੇ ਹੋਏ ਨੇ ਔਰ ਮੈਂ ਜਦੋਂ ਅੱਜ ਵੀ ਗੱਲ ਕਰ ਰਿਹਾ ਸੀ ਕਿਸੇ ਨਾਲ ਮੈਂ ਕਿਹਾ ਜੀ ਇਹ ਜਿਹੜੇ ਇਸ ਕਿਸਮ ਦੇ ਜਿਹੜੇ ਰੈਕਡ ਚੱਲਦੇ ਨੇ ਜਿਹੜੀਆਂ ਇਹ ਬੱਚੀਆਂ ਯੰਗ 26 27 ਸਾਲ ਦੀ ਉਹ ਕੁੜੀ 23 ਸਾਲ ਦੀ ਕਿ ਵੀ ਇਹਨਾਂ ਦੇ ਵਿੱਚ ਐਸਪੀ ਐਸਐਸਪੀ ਲੈਵਲ ਤੋਂ ਸਾਰੇ ਰੜੇ ਹੁੰਦੇ ਨੇ ਸਾਰੇ ਮੋਰਲੀ ਕਰਪਟ ਨੇ ਔਰ ਕੀ ਹਾਲਾਤ ਹੋਣਗੇ ਔਰ ਜਿਵੇਂ ਉਹਦੇ ਭਰਾ ਨੇ ਔਰ ਦੂਜਿਆਂ ਨੇ ਕਿਹਾ ਜੀ ਇਹ ਜਿਹੜਾ ਖੁਦਕਸ਼ੀ ਔਰ ਜਿਹੜਾ ਉਹ ਜੈਂਟਸ ਵਾਲੇ ਜਾ ਕੇ ਰੈਸਟ ਰੂਮ ਦੇ ਵਿੱਚ ਜਾਂ ਗੈਸਟ ਰੂਮ ਦੇ ਵਿੱਚ ਕਰਨਾ ਉਹਨੇ ਕਿਹਾ ਉਹਦੇ ਨਾਲ ਜ਼ਬਰਜਨਾਹ ਕੀਤਾ ਗਿਆ ਉਹਨੂੰ ਲਟਕਾਇਆ ਗਿਆ ਪਰ ਜਦੋਂ ਤੁਸੀਂ ਸਾਰੇ ਅਫੀਸ਼ੀਅਲ ਦੇ ਸਟੇਟਮੈਂਟ ਦੇਖਦੇ ਹੋ ਉਹ ਕਹਿ ਰਹੇ ਨੇ ਜੀ ਅਜੇ ਤਫਸ਼ੀਸ਼ ਹੋ ਰਹੀ ਹੈ ਅਜੇ ਤਫਸ਼ੀਸ਼ ਹੋ ਰਹੀ ਹੈ ਐਸੀ ਕੁਝ ਨਹੀਂ ਕਹੇ ਹੁਣ ਇਹ ਜਿਹੜੀ ਲੇਗੇਸੀ ਹੈ ਇਹ ਡਰੱਗ ਪੈਡਲਿੰਗ ਉਹ ਜਗਦੀਸ਼ ਭੋਲੇ ਵਰਗਾ ਹੈ ਡੀਐਸਪੀ ਜਿਹਨੇ ਵਿਕਰਮ ਜੀਠੀ ਦਾ ਨਾਮ ਲਿਆ ਸੀ ਸਾਰੇ ਇਨਵੋਲਵ ਸੀ ਉਹ ਸਾਰੇ ਵੀ ਬਰੀ ਹੋਣ ਤੱਕ ਜਾ ਰਹੇ ਨੇ ਕਿਉਂਕਿ ਅਲਟੀਮੇਟਲੀ ਨਾ ਹੀ ਇਸ ਬੱਚੀ ਦੇ ਜਿਸ ਨੂੰ ਇਸ ਬੇਰਹਿਮੀ ਦੇ ਨਾਲ ਜਿਹੜਾ ਉਹ ਕਤਲ ਕੀਤਾ ਗਿਆ ਔਰ ਉਹ ਸੁਸਾਈਸਾਈਡ ਬਣਾਇਆ ਗਿਆ ਕਿਸੇ ਨੂੰ ਕੁਝ ਨਹੀਂ ਹੋਣਾ ਕਿਉਂਕਿ ਜੀ ਅਲਟੀਮੇਟਲੀ ਇਹੀ ਨੈਕਸਸ ਜਿਨ੍ਹਾਂ ਨੇ ਸ਼ਰੇਆਮ ਜੋ ਕੁਝ ਕੇਪੀ ਗਿਲ ਨੂੰ ਖੁੱਲੀ ਛੁੱਟੀ ਦੇ ਕੇ ਕੀਤਾ ਕਰਵਾਇਆ ਔਰ ਇਵਨ ਇਸ ਤੋਂ ਬਾਅਦ ਜੋ ਚੱਲ ਰਿਹਾ ਪੰਜਾਬ ਪੁਲਿਸ ਦੇ ਡਰੱਗਸ ਦਾ ਔਰ ਦੂਜੇ ਉਸ ਦੇ ਉੱਤੇ ਅੱਜ ਦਾ ਟ੍ਰਿਬਿਊਨ ਦਾ ਐਡੀਟੋਰੀਅਲ ਵੀ ਹੈ ਕਲੀਨ ਅਪ ਪੰਜਾਬ ਪੁਲਿਸ ਵਾਰ ਔਨ ਡਰੱਗਸ ਕਾਂਟ ਬੀ ਵਨ ਵਿਦ ਟੈਂਟਡ ਹੈਂਡਸ ਕਿ ਜੀ ਇਹਨੂੰ ਕਲੀਨ ਕਰੋ ਇਹ ਗੰਦੇ ਹੱਥਾਂ ਦੇ ਨਾਲ ਇਸ ਲੜਾਈ ਨੂੰ ਨਹੀਂ ਜਿੱਤਿਆ ਜਾ ਸਕਦਾ ਔਰ ਜਿਹੜੇ ਪੰਜਾਬ ਪੁਲਿਸ ਦੇ ਇੰਸਪੈਕਟਰ ਦੀ ਗੱਲ ਮੈਂ ਕੀਤੀ ਹੈ ਇੰਦਰਜੀਤ ਸਿੰਘ ਦਾ ਨਾਮ ਹੈ ਸ਼ਕਲੋਂ ਹੀ ਉਹ ਇੱਕ ਬਦਮਾਸ਼ ਲੱਗਦਾ ਹੈ ਜੀ ਔਰ ਕਿੰਨੀ ਦੇਰ ਤੋਂ ਇਹ ਕਿੰਨੇ ਆਪਰੇਸ਼ਨਸ ਦੇ ਵਿੱਚ ਸ਼ਾਮਿਲ ਰਿਹਾ ਸੋ ਉਸ ਤੋਂ ਅੰਦਾਜ਼ਾ ਲਾਓ ਜੇ ਸ਼ਸ਼ੀਕਾਂਤ ਸਾਭਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੇ ਕਿਹਾ ਸੀ ਕਿ 6000 60000 ਕਰੋੜ ਦੀਆਂ ਸਿੰਥੈਟਿਕ ਡਰੱਗਸ ਔਰ ਜੇਲਾਂ ਚੋਂ ਇਹ ਰਨ ਹੁੰਦਾ ਔਰ ਪੁਲਿਸ ਹਾਇਰ ਅਫੀਸ਼ਰ ਮਨਿਸਟਰ ਸਾਰੇ ਰੜੇ ਹੋਏ ਨੇ ਔਰ ਇਹ ਬਾਈਚਾਂਸ ਔਰ ਮੈਂ ਇੱਕ ਵਕੀਲ ਨਾਲ ਅੱਜ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦਾ ਜੀ ਇਹ ਤਾਂ ਇੱਕ ਕੇਸ ਸਾਹਮਣੇ ਆਇਆ ਅਿੰਦਰਜੀਤ ਸਿੰਘ ਦਾ ਜੇ ਕਿਤੇ ਸਾਈਮਲਟੇਨियसਲੀ 50 ਥਾਂ ਤੇ ਰੇਡ ਹੁੰਦੇ ਤੇ ਇਹ ਗੱਲ ਸਾਰਿਆਂ ਨੂੰ ਹੀ ਨਿਕਲਣੀ ਸੀ ਪਰ ਹੁਣ ਕਿਉਂਕਿ ਇੱਕ ਤੋਂ ਬਾਅਦ ਸਾਰੇ ਜਿਹੜੇ ਨੇ ਉਹ ਚੱਕਨੇ ਹੋ ਗਏ ਉਹਨਾਂ ਨੇ ਸਭ ਚੀਜ਼ਾਂ ਜਿਹੜੀਆਂ ਨੇ ਖੱਬੇ ਸੱਜੇ ਕਰ ਦਿੱਤੀਆਂ ਹੋਣਗੀਆਂ ਔਰ ਹੁਣ ਜਿਹੜੀ ਫੀਮ ਫੂਮ ਇਦਾਂ ਇਕੱਠੀ ਕੀਤੀ ਹੋਈ ਆ ਉਹ ਪਾਰ ਰਹੇ ਨੇ ਦੂਜਿਆਂ ਤੇ ਔਰ ਉਹਦੇ ਚ ਉਹਨਾਂ ਨੇ ਜਿਸ ਕਿਸਮ ਨਾਲ ਮੱਖਣ ਸਿੰਘ ਗਿਲ ਵਰਗਾ ਜਿਹੜਾ ਇੱਜ਼ਤਦਾਰ ਸਿੰਘ ਹੈ ਉਸ ਨੂੰ ਬਦਨਾਮ ਕਰਨ ਦੇ ਲਈ ਫੀਮ ਪਾਈ ਕਿਉਂਕਿ ਜਦੋਂ ਇਸ ਕਿਸਮ ਦਾ ਕਰਦੋਂ ਜਿਹੜੇ ਇਹ ਮੈਸੇਜ ਵੀ ਦੇ ਰਹੇ ਨੇ ਜੇ ਇਹ ਖਾਟਕੂ ਕਹਦੇ ਨੇ ਇਹ ਤਾਂ ਡਰੱਗਸ ਦੇ ਤਸਕਰ ਨੇ ਤਾਂ ਫੀਮ ਔਰ ਹਿਰੋਇਨ ਔਰ ਦੂਜੀ ਵੇਚਦੇ ਨੇ ਔਰ ਜਿਹੜਾ ਅਸਾਮ ਕਾਡਰ ਦੇ ਵਿੱਚ ਜਦੋਂ ਲੱਗਾ ਇਹ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਹੈ ਕਿ ਵੀ ਇਸ ਨੇ ਕੇ ਪੀ ਐਸ ਗਿਲ ਅ ਫੀਅਰਸ ਐਮ ਪੁਲਿਸ ਆਫੀਸਰ ਈਵਨ ਡੂਰਿੰਗ ਅਸਾਮ ਐਜੀਟੇਸ਼ਨ ਡੇਜ਼ ਔਰ ਇਹ 2013 ਦੇ ਵਿੱਚ ਇਹ ਗੱਲ ਸਾਹਮਣੇ ਆਈ ਔਰ ਗਿਲ 6 ਸਾਲ ਅਸਾਮ ਦੇ ਵਿੱਚ ਰਿਹਾ 1979 ਤੋਂ 1985 ਤੱਕ ਜਦੋਂ ਅਸਾਮ ਐਜੀਟੇਸ਼ਨ ਚੱਲੀ ਜਿਹਦਾ ਮਕਸਦ ਸੀ ਕਿ ਅਸਾਮ ਅਸਾਮੀਆਂ ਲਈ ਬਾਹਰਲੇ ਲੋਕਾਂ ਨੂੰ ਜਿਹੜਾ ਉਹ ਆ ਕੇ ਮਾਈਨੋਰਟੀ ਜਨਾ ਕਨਵਰਟ ਕਰਨ ਸਾਨੂੰ ਜਵੇਂ ਅੱਜ ਵੇ ਇਹ ਪੰਜਾਬ ਦੇ ਵਿੱਚ ਸਾਡਾ ਹਾਲ ਕਰ ਰਹੇ ਨੇ ਔਰ ਉਸ ਪੀਰੀਅਡ ਦੇ ਵਿੱਚ ਜਿਹੜੀ ਐਜੀਟੇਸ਼ਨ ਚੱਲੀ ਉਹਨਾਂ ਦੇ ਵਿੱਚ ਖਰਗੇਸ਼ਵਰ ਤਾਲਕੂਦਾਰ ਉਹਨਾਂ ਦਾ ਇੱਕ ਲੀਡਰ ਸੀ ਬੜਾ ਇਮਾਨਦਾਰ ਸਟੂਡੈਂਟ ਕਿਉਂਕਿ ਸਟੂਡੈਂਟ ਐਜੀਟੇਸ਼ਨ ਸੀ ਔਰ 855 ਜਿਹੜੇ ਸ਼ਹੀਦ ਹੋ ਇਸ ਮੂਵਮੈਂਟ ਦੇ ਉਹਨਾਂ ਨੇ ਆਪਣੇ ਮੰਨੇ ਨੇ ਅਸਾਮੀਆਂ ਨੇ ਉਹਨਾਂ ਦੇ ਵਿੱਚ ਇਹ ਖਰਗੇਸ਼ਵਰ ਤਦੂਲਕਾਰ ਦਾ ਨਾਮ ਜਿਹੜਾ ਉਹ ਸਭ ਤੋਂ ਉੱਪਰ ਦੀ ਲਿਸਟ ਤੇ ਹੈ ਔਰ ਇਸ ਨੂੰ ਕਪੀ ਗਿੱਲ ਨੇ ਖੁਦ ਘੋੜੇ ਤੇ ਚੜ ਕੇ ਜਦੋਂ ਜਿਹੜਾ ਉਹ ਕਰ ਰਹੇ ਸੀ ਪ੍ਰੋਟੈਸਟ ਕਰ ਰਹੇ ਸੀ ਔਰ ਪ੍ਰੋਟੈਸਟ ਹੋਈ ਉਸ ਵੇਲੇ ਫਖਰਉਦੀਨ ਅਲੀ ਅਹਿਮਦ ਜਿਹੜਾ ਕਦੇ ਪ੍ਰੈਜ਼ੀਡੈਂਟ ਰਿਹਾ ਇੰਦਰਾ ਗਾਂਧੀ ਦਾ ਬੜਾ ਚਾਹੀਤਾ ਸੀ ਔਰ ਜਦੋਂ ਉਹਨੇ ਐਮਰਜੈਂਸੀ ਦੇ ਪੀਰੀਅਡ ਜਾਂ ਉਸ ਤੋਂ ਪਹਿਲਾਂ ਜਦੋਂ ਉਹਨੇ ਥੋੜੀ ਜਈ ਅਸਹਿਮਤੀ ਦਿਖਾਈ ਤਾਂ ਉਹਦੀ ਡੈੱਡ ਬਾਡੀ ਬਾਥਰੂਮ ਚੋਂ ਹੀ ਮਿਲੀ ਸੀ ਇਹ ਰਾਸ਼ਟਰਪਤੀ ਰਿਹਾ ਉਹਦਾ ਬਹੁਤਾ ਕੋਈ ਜ਼ਿਕਰ ਨਹੀਂ ਕਰਦਾ ਤੇ ਉਹਦੀ ਵਾਈਫ ਜਿਹੜੀ ਹੈ ਉਹ ਸਾਮਚੋਂ ਜਿਹੜੀ ਹੈ ਆਪਣਾ ਮੈਂਬਰ ਪਾਰਲੀਮੈਂਟ ਤੇ ਲਈ ਦਾਖਲ ਕਰ ਰਹੀ ਸੀ ਪੇਪਰ ਔਰ ਜਿੱਥੇ ਉਹਨੇ ਦਾਖਲ ਕਰਨੇ ਸੀ ਉੱਥੇ ਉਹ ਪ੍ਰੋਟੈਸਟਰ ਪਹੁੰਚ ਗਏ ਔਰ ਕੇਪੀ ਗੇਲ ਖੁਦ ਕੋੜੇ ਤੇ ਚੜ ਕੇ ਜੀ ਉਹਨਾਂ ਟ੍ਰੂਪਸ ਨੂੰ ਜਿਹੜਾ ਪੁਲਿਸ ਸੀ ਲੀਡ ਕਰ ਰਿਆ ਸੀ ਜਿਨ੍ਹਾਂ ਨੇ ਉਹਨਾਂ ਦੇ ਉੱਤੇ लाठी चार्ज ਕੀਤਾ ਔਰ ਇਸ ਨੂੰ ਖਗਲੇਸ਼ਵਰ ਤਦਲਕਾਰ ਨੂੰ ਮਾਰ ਕੇ ਨੇੜੇ ਇੱਕ ਛੱਪੜ ਸੀ ਉਹਦੇ ਜੁਦੀ ਡੈਡ ਬੋਡੀ ਸੁੱਟ ਦਿੱਤੀ ਔਰ ਇਹ ਕਹਿਆ ਉਹਨੇ ਕਿ ਜੀ ਇਹ ਤਾਂ ਡੁੱਬ ਕੇ ਮਰ ਗਿਆ ਸੋ ਇਹ ਗੱਲ ਇਹਦੇ ਇਸ ਆਰਟੀਕਲ ਚੋਂ ਔਰ ਜੇ ਉਹਨੇ ਇਸ ਲੈਵਲ ਤੇ ਪਬਲੀਕਲੀ ਕੀਤਾ ਔਰ ਤੇ ਹੋਰ ਕੀ ਨਹੀਂ ਕੀਤਾ ਹੋਏਗਾ ਸੋ ਮੈਨੂੰ ਇਹ ਸਮਝ ਨਹੀਂ ਸੀ ਆਉਂਦੇ ਵੀ ਅਸਾਮ ਕਾਡਰ ਦੇ ਇਸ ਬੰਦੇ ਨੂੰ ਕਿਉਂ ਲਿਆ ਕੇ ਪੰਜਾਬ ਚ ਕੀਤਾ ਕਿਉਂਕਿ ਆਲਰੇਡੀ ਇਸ ਹਾਦਸੇ ਤੱਕ ਜਾ ਕੇ ਇਨੇ ਜਿਹੜਾ ਆਪਣਾ ਜ਼ਾਲਮਾਨ ਜਿਹੜਾ ਅੰਦਾਜ਼ ਸ਼ੋਅ ਕੀਤਾ ਹੋਇਆ ਸੀ ਉਹਨੇ ਕਿਹਾ ਜੀ ਦਾ ਟਫ ਕੋਪ ਕ੍ਰੈਡਿਟਡ ਵਿਦ ਰੇਇジング ਮਿਲਿਟੈਂਸੀ ਇਨ ਪੰਜਾਬ ਰੇਇਜ਼ਡ ਵਟ ਏਵਰ ਗੁੱਡਵਿਲ ਹੀ ਹੈਡ ਵੈਨ ਹੀ ਸਰਵਡ ਹਿਸ ਫਰਸਟ ਸਟਿੰਟ ਐਜ਼ ਏਨ ਆਈਪੀਐਸ ਆਫੀਸਰ ਇਨ ਅਸਾਮ ਟਿਲ 1984 1984 ਤੱਕ 1979 ਤੋਂ ਇਹ ਅਸਾਮ ਦੇ ਵਿੱਚ ਰਹੇ ਔਰ ਅਸਾਮ ਮੈਘਾਲਿਆ ਕਾ ਆਰਡਰ ਦਾ ਏ ਸੀ ਔਰ ਇਸ ਦੌਰਾਨ ਉਸਨੇ ਜਿਹੜਾ ਜਿਵੇਂ ਮੈਂ ਦੱਸਿਆ ਕਿ ਵੀ ਉਹਨੇ 22 ਸਾਲ ਦੇ ਇਸ ਤਦੂਲਕਰ ਬਾਰਪੇਟਾ ਡਿਸਟ੍ਰਿਕਟ ਲੀਡਰ ਆਲ ਅਸਾਮ ਸਟੂਡੈਂਟ ਯੂਨੀਅਨ ਦਾ ਉਹਨੂੰ 10 ਦਸੰਬਰ 1979 ਨੂੰ ਪਬਲੀਕਲੀ ਜਿਹੜਾ ਉਹ ਟੌਰਚਰ ਕਰਕੇ ਪਬਲੀਕਲੀ ਮਾਰਿਆ ਔਰ ਉਹਦੀ ਡੈਡ ਬੋਡੀ ਜਿਹੜੀ ਹੈ ਉਹਦੀ ਉਸ ਛੱਪੜ ਦੇ ਵਿੱਚ ਸੁੱਟ ਦਿੱਤੀ ਔਰ ਉਹਨਾਂ ਨੇ ਇਹ ਕਿਹਾ ਕਿ ਤਦੂਲਕਰਸ ਬੋਡੀ ਵਾਸ ਫਾਊਂਡ ਇਨ ਅ ਡਿਚ ਬਾਈ ਦ ਰੋਡ ਸਾਈਡ ਆਫਟਰ ਬਰੂਟਲ ਕਿੰਗ ਚਾਰਜ ਵਿਚ ਪਾਰਟਿਸਿਪੇਟਿਡ ਆਫ ਦ ਐਜੀਟੇਸ਼ਨ ਰੀਕਾਲਡ which participants of the agitation left many serious ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਕੀਤੇ ਔਰ ਉਹਨਾਂ ਨੇ ਇਹ ਬੜਾ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਉਸਨੇ ਕੇਪੀ ਗਿਲ ਖੁਦ ਜਿਹੜਾ ਉਸ ਚਾਰਜ ਨੂੰ ਘੋੜੇ ਤੇ ਚੜ ਕੇ ਜਿਹੜਾ ਉਹ ਲੀਡ ਕਰ ਰਿਹਾ ਸੀ ਔਰ ਇਸ ਤੋਂ ਇਲਾਵਾ ਫਿਰ ਤੇਜਪੁਰ ਚ 2013 ਚ ਉਹਨੇ ਜਦੋਂ ਤਦਲਕਰ ਮਾਰਟਿਅਰਡਮ ਨੂੰ ਨੇ ਕਿਹਾ ਕਿ ਜੀ ਇਹ ਤਾਂ ਜਿਹੜਾ ਉਹ ਡੁੱਬ ਕੇ ਮਰਿਆ ਸੀ ਉਹਨਾਂ ਨੇ ਕਿਹਾ ਕਿ ਵੀ ਅਸਾਮ ਦੇ ਲੋਕ ਭੁੱਲ ਗਏ ਸੀ ਕਿਉਂਕਿ ਪੰਜਾਬ ਜੋ ਕੁਛ ਨੇ ਕੀਤਾ ਉਹਨੂੰ ਇੰਨਾ ਕੁ ਉਹਨਾਂ ਨੇ ਸੁਪਰ ਕੌਪ ਬਣਾ ਕੇ ਪੇਸ਼ ਕੀਤਾ ਕਿ ਅਸਾਮ ਵਾਲਿਆਂ ਨੂੰ ਭੁੱਲ ਗਿਆ ਵੀ ਇਹਨੇ ਅਸਾਮ ਚ ਕੀ ਕੀਤਾ ਸੀ ਬਟ ਮੈਨੀ ਇਨ ਅਸਾਮ ਸੀਮ ਟੂ ਹੈਵ ਫੋਰਗਿਵਨ ਗਿਲ ਐਸ ਹੀ ਹੈਜ਼ ਬਿਗਨ ਟੂ ਬੀ ਇਨਵਾਈਟਡ ਇਨ ਫੰਕਸ਼ਨਸ ਬਟ ਹਿਸ ਟ੍ਰਿਪ ਟੂ ਤੇਜਪੁਰ ਇਨ 2013 ਵੇਅਰ ਹੀ ਬਿਲਟਲਡ ਤਾਲੁਕਦਾਰਸ ਮਾਰਟੀਅਡਮ ਬ੍ਰੌਟ ਬੈਕ ਮੈਮਰੀਜ਼ ਆਫ ਦਾ ਫੀਅਰਸਮ ਪੁਲਿਸ ਆਫੀਸਰ ਆਫਟਰਨ ਔਨ ਹORSBACK ਕ੍ਰੈਕਿੰਗ ਡਾਊਨ ਔਨ ਪ੍ਰੋਟੈਸਟਰਸ ਕਿ ਕੋੜੇ ਤੇ ਚੜ ਕੇ ਖੁਦ ਜਿਹੜਾ ਇਹ ਪ੍ਰੋਟੈਸਟਰਸ ਨੂੰ ਮਾਰਦਾ ਸੀ ਹੁਣ ਜੋ ਕੁਛ ਨੇ ਅਸਾਮ ਦੇ ਵਿੱਚ ਕੀਤਾ ਜੋ ਫਿਰ ਪੰਜਾਬ ਦੇ ਵਿੱਚ 50000 ਤੋਂ ਜ਼ਿਆਦਾ ਨੌਜਵਾਨਾਂ ਨੂੰ ਜਿਹੜਾ ਉਹ ਮਾਰ ਮੁਕਾਇਆ ਔਰ ਇਹਦੇ باوجود ਅੱਜ ਤੇ ਜਦੋਂ ਅਸੀਂ ਇਹ ਦੇਖ ਰਹੇ ਕਿ ਜਿਵੇਂ ਉਹਨੂੰ ਸੁਪਰ ਕੌਪ ਦੇ ਤੌਰ ਤੇ ਭਾਰਤ ਪਰ ਦੇ ਮੀਡੀਆ ਨੇ ਔਰ ਮੈਂ ਰੁਪਲ ਦੇਵੋਲ ਬਜਾਜ ਦਾ ਵੀ ਇੱਕ ਇੰਟਰਵਿਊ ਜਿਹੜਾ ਪੁਰਾਣਾ ਸੀ ਜਦੋਂ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਤੇ ਉਹਨੇ ਕਿਹਾ ਉਹਨੇ ਕਿਹਾ ਕਿ ਮੈਂ ਇਹ ਨਹੀਂ ਕਿ ਕੇਪੀ ਗਿਲ ਨੇ ਮੇਰੇ ਨਾਲ ਕੀ ਕੀਤਾ ਉਹਨੇ ਕਿਹਾ ਔਰ ਉਹਨੇ ਸਾਰਾ ਵੇਰਵਾ ਬਿਆਨ ਕੀਤਾ ਕਿ ਵੀ ਉਹ ਪਾਰਟੀ ਸੀ ਔਰ ਉਹਨੇ ਕਿਹਾ ਵੀ ਮੈਂ ਇਸ ਲੈਵਲ ਦੀ ਅਫੀਸਰ ਸੀ ਈਨੇ ਹਜ਼ਾਰ ਬੰਦਾ ਮੇਰੇ ਥੱਲੇ ਕੰਮ ਕਰਦਾ ਸੀ ਔਰ ਹੋਮ ਸੈਕਟਰੀ ਨੇ ਪਾਰਟੀ ਸੱਦੀ ਔਰ ਮੈਂ ਬੈਠੀ ਸੀ ਔਰ ਕੇਪੀ ਗਿਲ ਆਇਆ ਮੇਰੇ ਨੱਕ ਦੇ ਉੱਤੇ ਉਹਨੇ ਉਂਗਲ ਰੱਖ ਕੇ ਮੈਨੂੰ ਐ ਖੜੇ ਹੋਣ ਲਈ ਕਿਹਾ ਕਿ ਕਹਾ ਵੀ ਮੈਨੂੰ ਫਾਲੋ ਕਰ ਔਰ ਮੈਂ ਜਿਹੜਾ ਉਹਨੂੰ ਪਾਸੇ ਛਿਟ ਗਿਆ ਔਰ ਮੈਂ ਜਦੋਂ ਉੱਠ ਕੇ ਪਾਸੇ ਜਾਣ ਲੱਗੀ ਤਾਂ ਉਹਨੇ ਮੇਰੀ ਬੈਕ ਨੂੰ ਟੱਚ ਕੀਤਾ ਔਰ ਉਹਨੇ ਕਿਹਾ ਕਿ ਬਈ ਉਸ ਤੋਂ ਬਾਅਦ ਮੈਂ ਹੈਰਾਨ ਸੀ ਕਿ ਬਹੁਤਿਆਂ ਨੂੰ ਲੱਗਦਾ ਸੀ ਕਿ ਇੰਨੀ ਕਿਹੜੀ ਗੱਲ ਐ ਸਨੇ ਗਵਰਨਰ ਦੇ ਪਰ ਮੈਂ ਉਹਨੂੰ ਕੋਰਟ ਦੇ ਵਿੱਚ ਲਗਾਈ ਔਰ ਸੁਪਰੀਮ ਕੋਰਟ ਉਹਨੇ ਕਿਹਾ 17 ਸਾਲ ਮੈਂ ਕੇਸ ਲੜਿਆ ਪਰ ਮੇਰਾ ਕੋਈ ਕੇਸ ਲੈਂਡ ਨੂੰ ਤਿਆਰ ਨਹੀਂ ਸੀ ਇਵੇਂ ਜਿਹੜੀ ਕਹਾਣੀ ਬਿਆਨ ਕੀਤੀ ਜਾਂਦੀ ਸੀ ਜੋ ਮੇਰੇ ਨਾਲ ਹੋਇਆ ਉਹ ਕੇਪੀ ਗਿੱਲ ਦੀ ਕਰਤੂਤ ਦੀ ਨਹੀਂ ਸੀ ਉਹ ਮੇਰੀ ਉਹਨੇ ਕਿਹਾ ਵੀ ਮੇਰਾ ਹਸਬੰਡ ਮੇਰੇ ਨਾਲ ਖਲੋਤਾ ਹੈ ਜਿਹੜਾ ਕਿ ਆਈਏਐਸ ਸੀ ਔਰ ਇਹ 17 18 ਸਾਲ ਬਾਅਦ ਮੈਂ ਫੈਸਲਾ ਸੁਣਣ ਵੀ ਨਹੀਂ ਸੀ ਗਈ ਸੁਪਰੀਮ ਕੋਰਟ ਚ ਕਿਉਂਕਿ ਮੈਨੂੰ ਇਹ ਸੀ ਕਿ ਵੀ ਇਹ ਮੇਰੇ ਖਿਲਾਫ ਹੀ ਹੋਣਾ ਹੈ ਪਰ ਦੋਨੋਂ ਕਾਉਂਟਸ ਦੇ ਉੱਤੇ ਉਹਨੂੰ ਚਾਰਜ ਕੀਤਾ ਗਿਆ ਕੇਪੀ ਗਿੱਲ ਨੂੰ ਪਰ ਜੱਜਾਂ ਨੇ ਕਿਹਾ ਜੀ ਬਹੁਤ ਸੇਵਾ ਕੀਤੀ ਹੈ सਸਪੈਂਡਡ ਸੈਂਟੈਂਸ ਸੋ ਉਹਨੇ ਕਿਹਾ ਵੀ ਮੈਂ ਇਹ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਵੀ ਜੇ ਮੇਰੇ ਵਰਗੀ ਇੱਕ ਔਰਤ ਜਿਹੜੀ ਕਿ ਇਸ ਲੈਵਲ ਤੇ ਹੈ ਅਸੀਂ ਇਸ ਕਿਸਮ ਦਾ ਸ਼ਿਕਾਰ ਹੋ ਮੈਂ ਹੋ ਸਕਦੇ ਆ ਤੇ ਬਾਕੀਆਂ ਦੇ ਨਾਲ ਕੀ ਹੋਏਗਾ ਪਰ ਇਸ ਨੂੰ ਜਦੋਂ ਅੱਜ ਕੇਪੀ ਗਿਲ ਦੇ ਮਰਨ ਤੋਂ ਬਾਅਦ ਕਿਸੇ ਨੇ ਰੂਪਨਦੇਵ ਬਜਾਜ ਕੇਸ ਦਾ ਭੋਗ ਨਹੀਂ ਪਾਇਆ ਕਿਸੇ ਨੇ ਅਸਾਮ ਚ ਨੇ ਕੀ ਕੀਤਾ ਇਹਦੀ ਗੱਲ ਨਹੀਂ ਕੀਤੀ ਪੰਜਾਬ ਚ ਨੇ ਕਿਵੇਂ 50000 ਮਾਰੇ ਉਸ ਨੂੰ ਤਾਂ ਉਹਨਾਂ ਨੇ ਸੈਲੀਬ੍ਰੇਟ ਕੀਤਾ ਕਿ ਜੀ ਔਰ ਅੱਜ ਜੇ ਪੰਜਾਬ ਅਸੈਂਬਲੀ ਚ ਉਸ ਦੇ ਲਈ ਇਹ ਸ਼ਰਧਾਂਜਲੀ ਉਹਨੂੰ ਐਡ ਕੀਤਾ ਜਾਂਦਾ ਤੇ ਇਹ ਅੰਦਾਜ਼ਾ ਲਾ ਲਓ ਕਿ ਵੀ ਇਸ ਇੰਡੀਅਨ ਸਟੇਟ ਦਾ ਸਿੱਖਾਂ ਪ੍ਰਤੀ ਸਿੱਖ ਨਸਲ ਕੁਸ਼ੀ ਪ੍ਰਤੀ ਉਰਪ ਵਿਖਦੀਆਂ ਸਿੱਖ ਪੀੜ੍ਹੀਆਂ ਨੂੰ ਕਿਵੇਂ ਜ਼ਲੀਲ ਕਰਨ ਤੱਕ ਜਾਣ ਦੀ ਜਿਹੜੀ ਹੈ ਇਹਨਾਂ ਦੀ ਨੀਤੀ ਹੈ ਸੋ ਇਹ ਹੁਣ ਸਾਡੇ ਭਰਾ ਭੈਣਾਂ ਦੇਖਣ ਕਿ ਵੀ ਇਸ ਇੰਡੀਅਨ ਸਟੇਟ ਚੋਂ ਸਾਨੂੰ ਜਸਟਿਸ ਨਿਕਲਦਾ ਨਜ਼ਰ ਆਂਦਾ ਹੈ ਇਹਨਾਂ ਦੇ ਨਾਲ ਅਜੇ ਵੀ ਜੇ ਸਾਨੂੰ ਇਹ ਖਾਲਸਤਾਨ ਜ਼ਿੰਦਾਬਾਦ ਕਹੇ ਸਾਡੇ ਮੂੰਹ ਦਾ ਜਿਹੜੀ ਉਹ ਸਲਾਈਵਾ ਸੁੱਕ ਜਾਂਦਾ ਹੈ ਇਹਨੇ ਕਈਆਂ ਨੂੰ ਤਾਂ ਦੰਦਲ ਪੈਣ ਨੂੰ ਹੁੰਦੇ ਐ ਤੇ ਕਈ ਗੁਰਦੁਆਰਿਆਂ ਦੇ ਪ੍ਰਬੰਧਕ ਤਾਂ ਲੱਗਦਾ ਹੈ ਕਿ ਵੀ ਸਟ੍ਰੈਚਰ ਤੇ ਬਾਹਰ ਉਹਨਾਂ ਨੂੰ ਪਾ ਕੇ ਖੜਨਾ ਪਏਗਾ ਇਸ ਕਿਸਮ ਦਾ ਖੌਫ ਪਰ ਇਹਨਾਂ ਦਾ ਦੇਖ ਲਓ ਕਿ ਵੀ ਇਹ ਕਿਵੇਂ ਸਿੱਖ ਕਿਲਰਸ ਨੂੰ ਔਰ ਇਸ ਕਿਸਮ ਦੇ 20 ਨੂੰ ਦਰਿੰਦੇ ਨੇ ਇਹ ਇਹਨਾਂ ਨੂੰ ਤਾਂ ਮਨੁੱਖ ਕਹਿਣਾ ਵੀ ਇਹ ਮਨੁੱਖਾ ਦੇਹ ਦੇ ਵਿੱਚ ਦਰਿੰਦੇ ਨੇ ਇਵੇਂ ਦਰਿੰਦੇ ਵੀ ਜਿਹੜੇ ਨੇ ਉਹ ਆਪਣੀ ਪੇਟ ਦੀ ਭੁੱਖ ਲਈ ਮਾਰਦੇ ਨੇ ਕੋਈ ਜੰਗਲ ਦਾ ਜਾਨਵਰ ਕੋਈ ਸ਼ੌਕ ਲਈ ਨਹੀਂ ਮਾਰਦਾ ਅਦਰਵਾਈਜ਼ ਕੋਈ ਜਾਨਵਰ ਨਾ ਬਚੇ ਸ਼ੇਰ ਸਵੇਰ ਤੋਂ ਸ਼ਾਮ ਤੱਕ ਜਾਂ ਬਘਿਆੜ ਚੀਤਾ ਉਹ ਤਾਂ ਉਹ ਵੀ ਦਰਿੰਦਾ ਵੀ ਜਿਹੜਾ ਆਪਣੀ ਸਿਰਫ ਪੇਟ ਦੀ ਭੁੱਖ ਲਈ ਮਾਰਦਾ ਔਰ ਇਹਨਾਂ ਨੇ ਜਵੇਂ ਇੰਡੀਅਨ ਹਿੰਦੂ ਸਟੇਟ ਨੂੰ ਖੁਸ਼ ਕਰਨ ਲਈ ਇਨਾਮ ਲੈਣ ਲਈ ਪ੍ਰੋਮੋਸ਼ਨਲ ਲੈਣ ਲਈ ਜਿਸ ਕਿਸਮ ਦੀਆਂ ਅਨਸਲ ਖੁਸ਼ੀਆਂ ਕੀਤੀਆਂ ਨੇ ਤੇ ਜੈਦੇ باوجود ਸਾਡੀ ਕੌਮ ਦੇ ਖਿੱਸੇ ਨੂੰ ਖਾਲਸਤਾਨ ਦੀ ਗੱਲ ਜਿਹੜੀ ਆ ਉਹ ਸਮਝਾਣੀ 33 ਸਾਲ ਬਾਅਦ ਵੀ ਔਖੀ ਹੈ ਜਿਹੜੀ ਆ ਉਹਨਾਂ ਦੀ ਸਮਝ ਨਹੀਂ ਆਉਂਦੀ ਤਾਂ ਫਿਰ ਇਹ ਕਿਸੇ ਦਾ ਕੋਈ ਕਸੂਰ ਨਹੀਂ ਫਿਰ ਇਹੋ ਜਿਹੀ ਵਰਤਾਰਾ ਜਿਹੜਾ ਹੁੰਦਾ ਰਹੇਗਾ ਜੋ ਗੁਲਾਮਾਂ ਦੇ ਨਾਲ ਹੁੰਦੇ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਣੇ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਜਿਹੇ ਵਕਤੇ ਤੇ ਬਾਅਦ